ਉਸ ਸੀਟ ਤੇ ਮੂਸੇ ਵਾਲਾ ਬੈਠੇ ਸੀਗੇ ਜਦੋਂ ਹਸਪਤਾਲ ਲੈ ਕੇ ਜਾ ਰਹੇ ਸੀ ਲੰਮੇ ਪਾਏ ਬਾਈ ਫਿਰ ਵੀ ਮਲਕੀ ਆਇਆ ਪਿਆ ਨਹੀਂ ਗਿਆ ਉਹਨਾਂ ਤੋਂ ਹਾਈਟ ਤੁਹਾਨੂੰ ਪਤਾ ਬਹੁਤ ਜ਼ਿਆਦਾ ਸੀ ਬਾਈ ਦਾ ਬਲੱਡ ਸਿੱਧੂ ਮੂਸੇ ਵਾਲਾ ਦਾ ਕਾਫੀ ਇੱਥੇ ਵੀ ਵਿਆ ਹੈ ਸਿੱਧੂ ਮੂਸੇ ਵਾਲਾ ਨੇ ਆਪਣੇ ਆਖਰੀ ਸਾਹ ਇਸ ਕਾਰ ਦੇ ਵਿੱਚ ਲਏ ਇਸ ਕਾਰ ਦੇ ਵਿੱਚ ਉਹਨਾਂ ਨੂੰ ਹਸਪਤਾਲ 'ਚ ਲਿਜਾਇਆ ਗਿਆ ਸੀਗਾ ਇਹ ਚਾਰੇ ਦੋਸਤ ਨੇ ਜੋ ਕਿ ਮੂਵੀ ਦੇਖਣ ਜਾ ਰਹੇ ਸੀ ਤੁਹਾਡੇ ਹੱਥਾਂ ਦੇ ਵਿੱਚ ਹੀ ਬਾਈ ਦੀ ਜਾਨ ਗਈ ਇਸ ਚੀਜ਼ ਦਾ ਅਫਸੋਸ ਰਹੋ ਹਾਂ ਬਾਈ ਸਾਰੀ ਉਮਰ ਰਹੂ ਵੱਡੇ ਬਾਈ ਮਾਨਸਾ ਜ਼ਿਲ੍ਹੇ 'ਚ ਹਰ ਇੱਕ ਨੂੰ ਇੱਕ ਮਹਿਸੂਸ ਹੋ ਰਿਹਾ ਵੀ ਹਰ ਇੱਕ ਦੇ ਘਰ ਦਾ ਇੱਕ ਮੈਂਬਰ ਚਲਾ ਗਿਆ ਉਸ ਟਾਈਮ ਬਾਈ ਇਕੱਲੀ ਆਪਾਂ ਕਹਿ ਦਈਏ ਹੱਟ 'ਤੇ ਟੱਚ ਕਰਕੇ ਦੇਖਿਆ ਸੀ ਧੜਕਣ ਜ਼ਰੂਰ ਚੱਲਦੀ ਸੀ ਊਂ ਬਾਈ ਕੋਈ ਹੋਸ਼ ਨਹੀਂ ਸੀ ਕੋਈ ਕੁਛ ਨਹੀਂ ਸੀ ਜਿਵੇਂ ਕਹਿੰਦੇ ਵੀ ਬਹੁਤ ਹਾਲਾਤ ਖਰਾਬ ਹੀ ਸੀਗੇ ਬਾਈ ਨੇ ਜਦੋਂ ਇੱਕ ਵਾਰੀ ਐਂ ਅੱਖਾਂ ਖੋਲੀਆਂ ਨੇ ਮਤਲਬ ਜਦੋਂ ਅਸੀਂ ਬਿਠਾਇਆ ਤਾਂ ਜੋ ਅਸੀਂ ਆਖਾਂ ਬਾਈ ਠੀਕ ਹੈ ਅੱਖਾਂ ਖੋਲ ਕੇ ਰੱਖ ਵੀ ਹੌਸਲਾ ਰੱਖ ਆਪਾਂ ਬਾਗੇ ਬਸ ਮਿੰਟ ਦੋ ਹੀ ਲੱਗੇ ਟਰੋਲੀ ਲਿਆਂਦੀ ਟਰੋਲੀ 'ਚ ਪਾਇਆ ਉਦੋਂ ਵੀ ਅਸੀਂ ਤਿੰਨ ਕੁ ਮੰਦੀ ਸੀ ਉੱਥੇ ਉੱਥੇ ਉਦੋਂ ਜਦੋਂ ਪਾਇਆ ਉਦੋਂ ਮੈਂ ਦੇਖਿਆ ਉਦੋਂ ਧੜਕਣਾ ਰੁਕੀ ਪਈ ਸੀ ਬਾਈ ਦੀ ਮਤਲਬ ਕਿ ਜੱਟ ਬੰਦੇ ਦੀ ਐਡੀ ਕੁ ਦੇਹ ਸੀਗੀ ਐਡੀ ਕੁ ਸਰੀਰ ਸੀਗਾ ਵੀ ਇੱਕ ਉਹ 'ਤੇ ਵੀ ਨਹੀਂ ਪੈ ਗਿਆ ਉਹਨਾਂ ਤੋਂ ਨਾਲ ਟਰੋਲੀ ਖਿੱਚ ਕੇ ਲਾਈ ਬਾਹਾਂ ਚੱਕ ਕੇ ਉਹਦੇ 'ਤੇ ਧਰੀ ਉਹਦੇ ਲੋਕ ਕਹਿੰਦੇ ਵੀ ਚਿਹਰਾ ਹਿਲਾ ਕੇ ਵੀ ਮੇਰੇ ਫਰੇਮ 'ਚ ਚਿਹਰਾ ਆ ਜਾਵੇ ਮੇਰੇ ਫਰੇਮ 'ਚ ਬਾਹਾਂ ਦਾ ਟੈਟੂ ਆ ਜਾਵੇ ਐਂ ਸੀਗਾ ਬੇਚਾਰਾ ਉਹ ਤਾਂ ਪਿਆ ਸੀ ਹੱਥਾਂ 'ਚ ਪਿਆ ਸੀ ਹੱਥਾਂ 'ਚ ਹੱਥ ਪਾ ਕੇ ਉੱਥੇ ਲੈ ਫੋਟੋਆਂ ਕਰਾਈਆਂ ਵੀਡੀਓ ਬਣਾਈ ਜਾਂਦੇ ਸੀ ਮੂਸੇ ਵਾਲਾ ਲੋਕਾਂ 'ਚ ਜਮਾਂ ਜ਼ਮੀਰ ਮਰ ਗਈ ਬਈ ਆਹ ਚੀਜ਼ ਦੇਖ ਕੇ ਨਾ ਘਰੇ ਆ ਕੇ ਇਕੱਠੀ ਬਈ ਅਧੀਆ ਦਾਰੂ ਦਾ ਪੀਤਾ ਫਿਰ ਨੀਂਦ ਆਈ ਹੈ ਰਾਤ ਨੂੰ ਥੱਲੋਂ ਚੱਕਿਆ ਇੱਥੇ ਹੱਥ ਸਾਰਾ ਵਿੱਚ ਵੜ ਗਿਆ ਬਾਈ ਦੇ ਪਿੱਛੋਂ ਬਹੁਤ ਵੱਡੀ ਮੂਰੀ ਹੋ ਗਈ ਸੀ ਇੱਥੋਂ ਜਿਹੜਾ ਕਹਿੰਦੇ ਵੀ ਬੋਨਟ ਤੇ ਖੜ ਕੇ ਜਿਹੜੇ ਨੇ ਫੈਰ ਮਾਰਿਆ ਸਰੀਰ ਦੇ ਆਰ ਪਾਰ ਗਿਆ ਆਰ ਪਾਰ ਗਿਆ ਉਹਦੇ ਨਾਲ ਅਸਲ ਮੇਨ ਮੌਤ ਆਪਾਂ ਗਈ ਉਹਦੇ ਨਾਲ ਉਹਦੇ ਮਗਰ ਇੱਥੇ ਬਈ ਮਗਰ ਮਲ ਗਈ ਇੰਨਾ ਉਹ ਸੀਗਾ ਉਹਦੇ ਮੂਹਰਾ ਸੀਗਾ ਤੇ ਚਰਬੀ ਦੀਆਂ ਵੀ ਗੱਡੀ 'ਚ ਵੀ ਬਈਆਂ ਤਿੱਚੀਆਂ ਉੱਡੀਆਂ ਪਈਆਂ ਸੀ ਮੂਹਰੇ ਪੰਜ ਗੱਡੀਆਂ ਲਾ ਰੱਖੀਆਂ ਬੰਦਿਆਂ ਨੇ ਕਿਸੇ ਨੂੰ ਮੈਂ ਬਥੇਰਾ ਬਾਈ ਯਾਰ ਇਹਨੂੰ ਕੱਢ ਕੇ ਲੈ ਜਾਓ ਵੀ ਤੁਸੀਂ ਗੱਡੀ ਖੋਲ ਲਓ ਕਿਸੇ ਨੇ ਗੱਡੀ ਦਾ ਬਾਈ ਲੌਕ ਵੀ ਨਹੀਂ ਖੋਲਿਆ ਯਾਰ ਥੱਲੇ ਉਤਰਨ ਦੀ ਵਾਲੀ ਵੱਡੀ ਗੱਲ ਹੈ ਬਾਈ ਉਹ ਬੰਦਾ ਝੂਠ ਬੋਲਦਾ ਜਿਹੜਾ ਕਹਿੰਦਾ ਕਿ ਬਰਨਾਲਿਓ ਮੈਂ ਗੱਡੀ ਫੋਨ ਕਰਕੇ ਹਾਂ ਬਾਈ ਫੋਨ ਕਰਕੇ ਤਾਂ ਨਹੀਂ ਮੰਗਾਈ ਕਈ ਕਹਿ ਰਹੇ ਨੇ ਅਸੀਂ ਅਸੀਂ ਜੀ ਐਂ ਕਰਿਆ ਅਸੀਂ ਜੀ ਚੱਕਿਆ ਅਸੀਂ ਜੀ ਐਂ ਕਰਿਆ ਅਸੀਂ ਜੀ ਚੱਕ ਕੇ ਫਿਰ ਪੁਲਿਸ ਵਾਲਿਆਂ ਦੀ ਗੱਡੀ 'ਚ ਪਾਇਆ SHO ਦੇ ਨਾਲ ਪਾਇਆ ਇੱਕ ਬੰਦਾ ਜੀ ਸਰਦਾਰ ਬੰਦਾ ਉਹ ਵੀ ਬਹੁਤ ਕੁਛ ਕਹਿ ਰਿਹਾ ਹੈ ਨਾ ਜੀ ਪਰ ਉਹ ਇੱਕ ਗੱਲ ਵੀ ਨਹੀਂ ਹੈਗੀ ਇੱਥੋਂ ਤੱਕ ਕਿ ਮੈਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਵੀ ਉਹਨਾਂ ਨੇ ਛੇਤੀ ਛੇਤੀ ਟਾਕੀ ਕਿਸੇ ਨੇ ਖੋਲਣ ਵੀ ਦਿੱਤੀ ਅੱਧੇ ਤਾਂ ਇਹ ਕਹਿ ਰਹੇ ਸੀ ਵੀ ਟਾਕੀ ਨਾ ਖੋਲੋ ਹੱਥ ਨਾ ਲਾਓ ਹੱਥ ਨਾ ਲਾਓ ਠੀਕ ਹੈ ਪਰ ਜਿੰਨੀਆਂ ਕਹੀ ਜਾਂਦੇ ਬਾਈ ਅਸੀਂ ਫਲਾਣੇ ਨੂੰ ਫੋਨ ਕਰਕੇ ਸੱਦਿਆ ਗੁਰਦਾਜ ਨੂੰ ਅਸੀਂ ਗੱਡੀ ਮੰਗਾਈ ਅਸੀਂ ਐਂ ਕਰਿਆ ਅਸੀਂ ਫਲਾਣ ਕਿਸੇ ਨੇ ਕੁਛ ਨਹੀਂ ਕਰਿਆ ਨਾ ਕਿਸੇ ਨੂੰ ਸਾਨੂੰ ਸੱਦਿਆ ਨਾ ਅਸੀਂ ਕੋਈ ਊਂ ਗਏ ਸੀ ਅਸੀਂ ਤਾਂ ਬਸ ਨੋਰਮਲ ਜਾ ਰਹੇ ਸੀ ਤਾਂ ਉਹਨਾਂ ਦੇ ਡੈਡੀ ਨੇ ਆਪ ਇੱਕ ਗੱਲ ਕਹੀ ਮੈਨੂੰ ਤੇ ਕਹਿੰਦਾ ਬੇਟਾ ਮੈਂ ਕਹਿੰਦਾ ਤਿੰਨ ਦਿਨ ਹੋ ਗਏ ਆਖਿਆ ਸੀ ਵੀ ਤਿੰਨ ਦਿਨ ਉਰੇ ਆਪਣੇ ਗੱਡੀ ਗੈਰ ਫਿਰਦੀ ਆ ਉਰੇ ਗੈਰ ਗੱਡੀ ਆਪਣੇ ਉਰੇ ਘੁੰਮਦੀ ਹੈ ਉਹਦੀ ਮਾਤਾ ਦੇ ਸ਼ਬਦ ਪਤਾ ਕੀ ਸੀ ਕਹਿੰਦੀ ਸਾਨੂੰ ਪਤਾ ਸੀ ਪਰ ਇਹਨੂੰ ਕਹਿੰਦੇ ਹੁੰਦੇ ਕਿਸੇ ਦਾ ਪੁੱਤ ਨਾਲ ਲੈ ਕੇ ਜਾਇਆ ਕਰੋ ਪਤਾ ਨਹੀਂ ਉਹਨਾਂ ਦੇ ਮਨ 'ਚ ਪਹਿਲਾਂ ਹੀ ਡਰ ਸੀ ਵੀ ਇੱਕ ਦਿਨ ਨਾ ਇੱਕ ਹੋਊ ਗਈ ਇਹ ਸਿੱਧੂ ਮੂਸੇਵਾਲਾ ਨੇ ਆਪਣੇ ਆਖਰੀ ਸਾਹ ਇਸ ਕਾਰ ਦੇ ਵਿੱਚ ਲਏ ਇਸ ਕਾਰ ਦੇ ਵਿੱਚ ਉਹਨਾਂ ਨੂੰ ਹਸਪਤਾਲ 'ਚ ਲਿਜਾਇਆ ਗਿਆ ਸੀਗਾ ਇਹ ਚਾਰੇ ਦੋਸਤ ਨੇ ਜੋ ਕਿ ਮੂਵੀ ਦੇਖਣ ਜਾ ਰਹੇ ਸੀ ਤੇ ਰਾਹ ਦੇ ਵਿੱਚ ਸਾਰਾ ਇੰਸੀਡੈਂਟ ਦੇਖਿਆ ਇਹਨਾਂ ਨੇ ਬਹੁਤ ਐਸੇ ਖੁਲਾਸੇ ਕੀਤੇ ਨੇ ਜਿਨ੍ਹਾਂ ਨੂੰ ਸੁਣ ਕੇ ਚਿੰਤਾ ਹੁੰਦੀ ਹੈ ਬਾਈ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈਗਾ ਗੁਰਦੀਪ ਸਿੰਘ ਗੁਰਦੀਪ ਜੀ ਤੁਸੀਂ ਮੂਵੀ ਦੇਖਣ ਜਾ ਰਹੇ ਸੀ ਕੀ ਸਾਰਾ ਕੀ ਸੀ ਮਾਹੌਲ ਉਸਦੇ ਅਸੀਂ ਇਕੱਠੇ ਫਰੈਂਡ ਹੋ ਕੇ ਮੂਵੀ ਦੇਖਣ ਜਾ ਰਹੇ ਸੀਗੇ 5:30 ਦਾ ਕਰੀਬ ਟਾਈਮ ਹੋਊਗਾ ਤੇ ਅਸੀਂ ਜਦੋਂ ਜਾ ਰਹੇ ਸੀ ਅੱਗੇ ਸਾਨੂੰ ਦੇਖਿਆ ਵੀ ਇਕੱਠ ਹੋ ਰਿਹਾ ਕਾਫੀ ਬੰਦਿਆਂ ਦਾ ਤੇ ਜਦੋਂ ਅਸੀਂ ਉੱਤਰ ਕੇ ਦੇਖਣ ਲੱਗੇ ਵੀ ਕਾਹ ਤੋਂ ਇਕੱਠ ਹੋਇਆ ਗਾ ਤੇ ਮੂਹਰੋਂ ਅੱਗੇ ਕੋਈ ਸਾਡੇ ਕਿਹੜੀ ਮੁੰਡਾ ਆਇਆ ਕਹਿੰਦੇ ਮੂਸੇਵਾਲ ਦੇ ਵੀ ਐਂ ਕਰਕੇ ਫਾਇਰਿੰਗ ਮਾਰੀ ਕਿਸੇ ਨੇ ਫਾਇਰ ਮਾਰੇ ਮੂਸੇਵਾਲ ਦੇ ਅਸੀਂ ਫਿਰ ਉੱਤਰ ਕੇ ਭੱਜ ਕੇ ਹੋਰ ਦੇਖੇ ਜਾ ਕੇ ਵੀ ਦੇਖਿਆ ਜਦੋਂ ਸਾਰੇ ਮਤਲਬ ਕਿ ਬਈ ਕੋਈ ਵੀਡੀਓ ਬਣਾ ਰਿਹਾ ਸੀ ਕੋਈ ਕੁਛ ਕਰ ਰਿਹਾ ਸੀ ਬਈ ਚੱਕਿਆ ਨਹੀਂ ਕਿਸੇ ਨੇ ਮਤਲਬ ਕਿ ਜੇ ਆਪਾਂ ਕਹਿ ਦਈਏ ਤਾਂ ਕਿਸੇ ਨੇ ਕੋਈ ਗੱਡੀ ਦਾ ਸਾਧਨ ਆਸੇ ਪਾਸੇ ਘਰਾਂ ਕੋਲ ਵੀ ਗੱਡੀਆਂ ਜਾਂ ਸਾਰਿਆਂ ਕੋਲ ਇੱਥੇ ਹੈਗੀਆਂ ਗੱਡੀਆਂ ਹੋਰ ਵੀ ਖੜੀ ਸੀ ਸਾਡੇ ਮੂਹਰੇ ਕਰੇਟਾ ਕਾਰ ਵੀ ਖੜੀ ਸੀ ਇੱਕ ਸਾਈਡ ਤੇ ਡਿਜ਼ਾਇਰ ਖੜੀ ਸੀ ਕਿਸੇ ਨੇ ਉਹ ਨਹੀਂ ਕਰਿਆ ਅਸੀਂ ਜੋ ਦੇਖਿਆ ਅਸੀਂ ਆਖਿਆ ਵੀ ਗੁਣਤਾ ਸੀ ਬਾਈ ਨਿੰਮਾ ਸੀ ਤੇ ਪਾਲੀ ਅਸੀਂ ਆਖਿਆ ਵੀ ਚੱਲ ਵੀ ਜਦੋਂ ਹੋ ਰਿਹਾ ਵੀ ਮਹਾ ਮੈਂ ਲਿਆਉਣਾ ਗੱਡੀ ਮਹਾ ਆਪਾਂ ਲੈ ਚੱਲਦੇ ਹਾਂ ਵੀ ਆਪਾਂ ਲੈ ਚੱਲਦੇ ਜਦੀ ਗੁਣਤਾਇਆ ਕਹਿੰਦਾ ਛੇਤੀ ਲਿਆਓ ਇਹਨਾਂ ਨੇ ਚੱਲ ਉੱਥੋਂ ਵੀ ਜਮਾਰ ਕਹਿੰਦੇ ਵੀ ਨਾਲ ਲੱਗਿਆ ਹੈਲਪ ਕਰੀ ਐਵੇਂ ਕਹਿੰਦੀ ਹੁਣ ਤਾਂ ਗਊ 'ਚੋਂ ਤਾਰਨ ਵੇਲੇ ਤਾਰੇ ਸਾਈਡ 'ਤੇ ਫਿਰ ਗੱਡੀ ਲੈ ਕੇ ਗਏ ਸੀ ਤੇ ਫਿਰ ਗੱਡੀ 'ਚ ਖਿੱਚ ਕੇ ਬਾਈ ਨੂੰ ਗੱਡੀ 'ਚ ਬਿਠਾਇਆ ਮਤਲਬ ਕਿ ਪਾਇਆ ਹੈ ਤੇ ਉਦੋਂ ਇੱਕ ਇਹ ਤਾਂ ਬਾਈ ਉੱਥੇ ਹੀ ਰਹਿ ਗਏ ਕਾਲੀ ਵਾਲੀ ਸੀ ਇੱਕ ਹੋਰ ਮਤਲਬ ਕਿ ਸਰਦਾਰ ਬੰਦਾ ਸੀਗਾ ਉਹ ਮੇਰੇ ਨਾਲ ਅੱਗੇ ਬਹਿ ਗਿਆ ਆ ਕੇ ਹਾਂ ਤੇ ਇੱਕ ਜਮਾਰ ਕਹਿੰਦਾ ਸੀ ਮੁੰਡਾ
ਉਹ ਮੇਰੇ ਨਾਲ ਬੈਠਿਆ ਉੱਥੇ ਵਿੱਚ ਇਹਦੇ। ਜਦੋਂ ਤੁਸੀਂ ਬਾਈ ਮੂਸੇ ਵਾਲੇ ਨੂੰ ਗੱਡੀ 'ਚ ਬਿਠਾਇਆ, ਕੀ ਹਾਲਾਤ ਸੀਗੇ ਉਸ ਵੇਲੇ? ਧੜਕਣ ਉਸ ਟਾਈਮ ਬਾਈ ਇਕੱਲੀ ਆਪਾਂ ਕਹਿ ਦਈਏ ਹਾਰਟ 'ਤੇ ਟੱਚ ਕਰਕੇ ਦੇਖਿਆ ਸੀ, ਧੜਕਣ ਜ਼ਰੂਰ ਚੱਲਦੀ ਸੀ, ਊਂ ਬਾਈ ਕੋਈ ਹੋਸ਼ ਨਹੀਂ ਸੀ, ਕੋਈ ਕੁਛ ਨਹੀਂ ਸੀ, ਜਿਵੇਂ ਕਹਿੰਦੇ ਵੀ ਬਹੁਤ ਹਾਲਾਤ ਖਰਾਬ ਹੀ ਸੀਗੇ। ਅਤੇ ਪਰ ਬਟ ਉਦੋਂ ਧੜਕਣ ਜ਼ਰੂਰ ਚੱਲ ਰਹੀ ਸੀਗੀ ਉਸ ਟਾਈਮ। ਫਿਰ ਅਸੀਂ ਗੱਡੀ ਉਦੋਂ ਪੁਲਿਸ ਦੀ ਗੱਡੀ ਜਦੋਂ ਅਸੀਂ ਗੱਡੀ 'ਚ ਪਾ ਲਏ, ਉਦੋਂ ਪੁਲਿਸ ਦੀ ਗੱਡੀ ਆਈ ਆ ਉੱਥੇ, ਉਦੋਂ ਪੁਲਿਸ ਦੀ ਗੱਡੀ ਆਈ। ਉਦੋਂ ਫਿਰ ਅਸੀਂ ਉਹਦੀ ਗੱਡੀ ਕੀ ਕਰਿਆ, ਅਸੀਂ ਉਹਦੀ ਮਤਲਬ ਕਿ ਖਿੱਚ ਲਈ ਅਸੀਂ ਗੱਡੀ ਵੀ ਛੇਤੀ ਲੈ ਚੱਲੀਏ ਹੋਸਪਿਟਲ 'ਚ। ਅਸੀਂ ਤਿੰਨ ਜਾਣੀ ਰਹਿ ਗਏ ਫਿਰ ਗੱਡੀ 'ਚ। ਫਿਰ ਅਸੀਂ ਜਦੋਂ ਹੋਸਪਿਟਲ ਦੇ ਵਿੱਚ ਉੱਥੇ ਵੀ ਲੈ ਕੇ ਗਏ ਬਹੁਤ ਤੇਜ਼ੀ ਨਾਲ, ਅਤੇ ਅਸੀਂ ਰਾਹ 'ਚ ਵਿਦਿਆ ਭਾਰਤੀ ਦੇ ਸਕੂਲ ਦੇ ਗੇਟ ਕੋਲੇ ਵੀ ਉੱਥੇ ਟੱਚ ਕਰਕੇ ਦੇਖਿਆ, ਮੈਂ ਹਾਰਟ ਟੱਚ ਕਰਕੇ ਦੇਖੋ ਦੇਖਿਆ ਬਾਈ, ਬਟ ਉਦੋਂ ਵੀ ਮਤਲਬ ਕਿ ਧੜਕਣ ਥੋੜ੍ਹੀ ਮੋਟੀ ਹੈ ਸੀ, ਉਦੋਂ ਥੋੜ੍ਹੀ ਬਹੁਤੀ ਚੱਲਦੀ ਸੀਗੀ ਧੜਕਣ, ਵੀ ਉਦੋਂ ਵੀ ਚੱਲ ਰਹੀ ਸੀ ਥੋੜ੍ਹੀ। ਜਦੋਂ ਹੋਸਪਿਟਲ ਦੇ ਵਿੱਚ ਐਂਟਰ ਕਰਿਆ ਸੀ, ਅਤੇ ਉੱਥੇ ਜਦੋਂ ਅਸੀਂ ਉਹ ਕਰਨ ਲੱਗੇ ਮਤਲਬ ਕਿ ਟਰੋਲੀ ਲਿਆਂਦੀ, ਟਰੋਲੀ 'ਚ ਪਾਇਆ, ਉਦੋਂ ਵੀ ਅਸੀਂ ਤਿੰਨ ਕੁ ਮੰਦੀ ਸੀ ਉੱਥੇ ਉੱਥੇ। ਉਦੋਂ ਜਦੋਂ ਪਾਇਆ ਉਦੋਂ ਮੈਂ ਦੇਖਿਆ ਉਦੋਂ ਧੜਕਣਾ ਰੁਕੀ ਪਈ ਸੀ ਬਾਈ ਦੀ, ਹਾਰਟ ਬੀਟ ਉਦੋਂ ਰੁਕ ਰਹੀ ਸੀਗੀ ਉਸ ਟਾਈਮ 'ਤੇ ਉੱਥੇ। ਫਿਰ ਅਸੀਂ ਅੰਦਰ ਲੈ ਕੇ ਗਏ, ਖਿੱਚ ਗਏ, ਅਤੇ ਉਦੋਂ ਬਾਈ ਦੇ ਕੇਸ ਵੀ ਖੁੱਲ੍ਹੇ ਹੋਏ ਸੀ, ਅਤੇ ਸਾਹਮਿਆ ਬਾਈ ਨੂੰ ਵੀ ਐਂ ਕਰ ਉੱਥੇ ਅੰਦਰ, ਫਿਰ ਹੋਰ ਐਮਰਜੈਂਸੀ ਲਿਆ ਕੇ ਦੂਸਰੇ ਟੇਬਲ 'ਤੇ ਸ਼ਿਫਟ ਕਰਿਆ। ਐਡੀ ਕੁ ਬਾਈ ਮਤਲਬ ਕਿ ਜੱਟ ਬੰਦੇ ਦੀ ਐਡੀ ਕੁ ਦੇਹ ਸੀਗੀ, ਐਡੀ ਕੁ ਸਰੀਰ ਸੀਗਾ, ਵਿਕ ਉਹ 'ਤੇ ਵੀ ਨਹੀਂ ਪੈ ਗਿਆ ਉਹਨਾਂ ਤੋਂ, ਨਾਲ ਟਰੋਲੀ ਖਿੱਚ ਕੇ ਲਾਈ, ਬਾਹਾਂ ਚੱਕ ਕੇ ਉਹਦੇ 'ਤੇ ਧਰੀ ਉਹਦੀ ਮੈਂ ਹੈ ਉਸ ਟਾਈਮ ਬਾਈ। ਬਾਕੀ ਉਦੋਂ ਕੁਛ ਹੈ ਨਹੀਂ ਸੀ ਉਦੋਂ, ਜੇ ਆਪਾਂ ਕਹਿ ਦਈਏ ਸਰੀਰ 'ਚ ਇੰਨਾ। ਮੈਂ ਤੁਹਾਡੀ ਗੱਲ ਸਮਝ ਰਿਹਾ, ਕਿਉਂਕਿ ਜਿੰਨੀ ਸਪੀਡ ਨਾਲ ਤੁਸੀਂ ਗੱਡੀ ਖਿੱਚੀ, ਤੁਹਾਡੇ ਹੱਥਾਂ ਦੇ ਵਿੱਚ ਹੀ ਬਾਈ ਦੀ ਜਾਨ ਗਈ, ਇਸ ਚੀਜ਼ ਦਾ ਅਫਸੋਸ ਰਹੂਗਾ? ਹਾਂ ਬਾਈ, ਸਾਰੀ ਉਮਰ ਰਹੂ ਵੱਡੇ ਬਾਈ, ਹੈਂ, ਬਹੁਤ ਬਹੁਤ ਦੁੱਖ ਵਾਲੀ ਗੱਲ ਹੈ। ਇਹਦੇ ਉੱਤੇ ਤਾਂ ਹੈ ਕੀ ਆ ਬਾਈ, ਸਾਨੂੰ ਤਾਂ ਐਂ ਲੱਗਦਾ ਵੀ ਸਾਡਾ ਮਾਨਸਾ ਜ਼ਿਲ੍ਹਾ ਮਰ ਗਿਆ। ਹਰ ਇੱਕ ਨੂੰ, ਹਰ ਇੱਕ ਮਾਨਸਾ ਜ਼ਿਲ੍ਹੇ 'ਚ ਹਰ ਇੱਕ ਨੂੰ ਇੱਕ ਮਹਿਸੂਸ ਹੋ ਰਿਹਾ ਵੀ ਹਰ ਇੱਕ ਦੇ ਘਰ ਦਾ ਇੱਕ ਮੈਂਬਰ ਚਲਾ ਗਿਆ। ਇੱਕ ਤਰ੍ਹਾਂ ਦਾ ਇਹ ਫੀਲ ਹੋ ਰਿਹਾ ਵੀ ਸਾਡੇ ਘਰ ਦਾ ਵੀ ਮੈਂਬਰ ਚਲਾ ਗਿਆ, ਸਾਡੇ ਘਰ ਦਾ ਵੀ ਚਲਾ ਗਿਆ, ਇੰਨਾ ਕੁ ਐਂ ਫੀਲ ਹੋ ਰਿਹਾ ਬਾਈ। ਅੱਛਾ ਬਾਈ, ਲੋਕ ਤਾਂ ਉੱਥੇ ਵੀਡੀਓ ਬਣਾ ਰਹੇ ਸੀ, ਕੋਈ ਚੱਕ ਨਹੀਂ ਸੀ ਰਿਹਾ? ਤੁਸੀਂ ਦੱਸ ਰਹੇ ਸੀ ਕਿ ਉਹ ਵੀ ਗੁਣਤਾਜ ਬਾਈ ਨੇ, ਇਹ ਬਾਈ ਲੋਕ ਜਦੋਂ ਤੁਸੀਂ ਦੇਖਿਆ, ਲੋਕ ਕਹਿੰਦੇ ਵੀ ਚਿਹਰਾ ਹਿਲਾ ਕੇ ਵੀ ਮੇਰੇ ਫਰੇਮ 'ਚ ਚਿਹਰਾ ਆ ਜਾਵੇ, ਮੇਰੇ ਫਰੇਮ 'ਚ ਬਾਂਹ ਦਾ ਟੈਟੂ ਆ ਜਾਵੇ, ਐਂ ਸੀਗਾ? ਹਾਂਜੀ ਹਾਂਜੀ ਵੀਰੇ, ਕਈ ਬੰਦੇ ਦਾ ਨਾ ਉੱਥੇ ਬੇਚਾਰਾ, ਉਹ ਤਾਂ ਪਿਆ ਸੀ ਹੱਥਾਂ ਪਿਆ ਸੀ, ਹੱਥਾਂ 'ਚ ਹੱਥ ਪਾ ਕੇ ਉੱਥੇ ਫੋਟੋਆਂ ਕਰਾਈਆਂ, ਵੀਡੀਓ ਬਣਾਈ ਜਾਂਦੇ ਸੀ ਮੂਸੇ ਵਾਲਾ, ਲੋਕਾਂ 'ਚ ਜਮਾਂ ਜ਼ਮੀਰ ਮਰ ਗਈ ਬਾਈ। ਆਹ ਚੀਜ਼ ਦੇਖ ਕੇ ਨਾ ਘਰੇ ਆ ਕੇ ਇਕੱਠੀ ਬਾਈ ਅਧੀਆ ਦਾਰੂ ਦਾ ਪੀਤਾ, ਫਿਰ ਨੀਂਦ ਆਈ ਹੈ ਰਾਤ ਨੂੰ, ਲੋਕਾਂ ਦਾ ਹੈ ਜ਼ਮੀਰ ਮਰ ਗਿਆ, ਥੱਲੋਂ ਚੱਕਿਆ ਇੱਥੇ ਹੱਥ ਸਾਰਾ ਵਿੱਚ ਵੜ ਗਿਆ ਬਾਈ ਦੇ, ਪਿੱਛੋਂ ਬਹੁਤ ਵੱਡੀ ਮੋਰੀ ਹੋ ਗਈ ਸੀ ਇੱਥੋਂ। ਹਾਂ, ਤੇ ਪਿੱਛੇ ਜਿਹੜਾ ਕਹਿੰਦੇ ਵੀ ਬੋਨਟ ਤੇ ਖੜ ਕੇ ਜਿਹੜੇ ਨੇ ਫੈਰ ਮਾਰਿਆ, ਸਰੀਰ ਦੇ ਆਰ ਪਾਰ ਗਿਆ, ਆਰ ਪਾਰ ਗਿਆ ਉਹਦੇ ਨਾਲ, ਅਸਲ ਮੇਨ ਮੌਤ ਆਪਾਂ ਗਈ ਉਹਦੇ ਨਾਲ, ਉਹਦੇ ਮਗਰ ਇੱਥੇ ਬਾਈ, ਮਗਰ ਮਲ ਗਈ, ਇੰਨਾ ਉਹ ਸੀਗਾ ਉਹਦੇ ਮੋਹਰਾ ਸੀਗਾ, ਤੇ ਚਰਬੀ ਦੀਆਂ ਵੀ ਗੱਡੀ 'ਚ ਵੀ ਬਈਆਂ ਤਿੱਚੀਆਂ ਉੱਡੀਆਂ ਪਈਆਂ ਸੀਗੀਆਂ। ਚੱਲ ਬਾਈ, ਉਹ ਤਾਂ ਇੱਕ ਲੋਕਾਂ ਨੂੰ ਮੈਂ ਮਾੜਾ ਦੱਸਣਾ ਚਾਹੁੰਦਾ ਵੀ ਚਲੋ ਉਹਦਾ ਮੂਸੇ ਵਾਲਾ ਸੀ ਬਾਈ, ਗੱਲ ਵਾਇਰਲ ਹੋ ਗਈ ਯਾਰ, ਇਨਸਾਨੀਅਤ ਤੌਰ ਤੇ ਬੰਦੇ ਨੂੰ ਚੱਕਿਆ ਕਰੋ ਯਾਰ, ਡਰਦੀ ਨਹੀਂ ਬਾਈ ਕਿਸੇ ਨੇ ਗੱਡੀ ਖੋਲੀ ਹੈ ਕਿ ਸਾਡੇ ਪਤਾ ਲੱਗ ਜੂ ਕਿਸੇ ਨੂੰ ਜਾਂ ਪੁਲਿਸ ਦਾ ਪੰਗਾ। ਲੋਕ ਤਾਂ ਇਹ ਕਹਿ ਰਹੇ ਤੁਸੀਂ ਗੁਣਤਾਜ ਹੋ, ਤੁਸੀਂ ਸਿੰਗਰ ਹੋ, ਬਹੁਤ ਪੰਜਾਬ ਦੇ ਮਸ਼ਹੂਰ ਸਿੰਗਰ ਹੋ, ਤੁਹਾਨੂੰ ਕਿਸੇ ਨੇ ਫੋਨ ਕਰਕੇ ਸੱਦਿਆ ਸੀ ਕਿਵੇਂ? ਫੋਨ ਨਹੀਂ ਕਰਿਆ ਵੀਰੇ, ਅਸੀਂ ਡਾਕੂ ਮੂਵੀ ਦੇਖਣ ਆਉਂਦੇ ਆ, ਡਾਕੂ ਦਾ ਮੁੰਡਾ ਮੇਰਾ ਵੀ ਗਾਣਾ ਆਇਆ ਸੀ, ਮੈਂ ਅਸੀਂ ਚੌੜ ਕਰਦੇ ਕਰਦੇ ਕਹਿੰਦੇ ਚਲੋ ਉਹ ਦੇਖ ਕੇ ਆਉਣਾ, ਮੈਂ ਚਲੋ ਸਾਨੂੰ ਉਹ ਗੱਡੀਆਂ ਟੱਕਰੀਆਂ ਨੇ ਰਾਹ 'ਚ ਆਉਂਦੀਆਂ, ਤੇ ਅਸੀਂ ਬਸ ਮਤਲਬ 5 ਮਿੰਟ ਪਹਿਲਾਂ ਹੋਇਆ ਸਾਥੋਂ ਇਹ ਕੰਮ, ਤੇ ਜਦੋਂ ਉੱਥੇ ਗਏ ਸਾਡੀਆਂ ਲੱਤਾਂ ਕੰਮਾਂ ਲੱਗ ਗਈਆਂ ਦੇਖ ਕੇ ਵੀ ਯਾਰ ਆਹ ਕੀ ਹੋ ਗਿਆ, ਜਦੋਂ ਮੂਸੇ ਵਾਲਾ ਕਿੱਥੇ ਬਾਈ ਯਾਰ, ਉਹ ਚੀਜ਼ ਦੇਖੀ ਆਪਾਂ ਜਿਹੜੇ ਫੋਨ ਤੇ ਦੇਖਦੇ ਹਾਂ, ਇੱਕ ਬਾਲ ਖਿੱਲ ਰਹੇ ਥੱਲੇ, ਮੂੰਹ 'ਚੋਂ ਉਲਟੀ ਆਈ, ਇੱਥੇ ਮੇਨ ਗੋਲੀ ਇੱਥੇ ਵੱਜੀ ਸੀ ਉਹਦੇ ਕਰਕੇ, ਤੇ ਮੂਹਰੇ 5 ਗੱਡੀਆਂ ਲਾ ਰੱਖੀਆਂ ਬੰਦਿਆਂ ਨੇ, ਕਿਸੇ ਨੂੰ ਮੈਂ ਬਥੇਰਾ ਬਾਈ ਯਾਰ ਇਹਨੂੰ ਕੱਢ ਕੇ ਲੈ ਜਾਓ ਵੀ ਤੁਸੀਂ ਗੱਡੀ ਖੋਲੋ, ਕਿਸੇ ਨੇ ਗੱਡੀ ਦਾ ਬਾਈ ਲੌਕ ਵੀ ਨਹੀਂ ਖੋਲਿਆ ਯਾਰ, ਥੱਲੇ ਉਤਰਨ ਦੀ ਵਾਲੀ ਵੱਡੀ ਗੱਲ ਹੈ। ਬਹੁਤ ਹਾਂਜੀ ਵੀਰ, ਅਸੀਂ 6 ਬੰਦਿਆਂ ਨੇ ਬਾਈ ਨੂੰ ਚੱਕਿਆ, ਕਿਉਂਕਿ ਵੇਟ ਬਹੁਤ ਜ਼ਿਆਦਾ ਸੀਗਾ, ਤੇ 6 ਬੰਦਿਆਂ ਨੇ ਜਦੋਂ ਚੱਕ ਕੇ ਮਤਲਬ ਅਸੀਂ ਪਾਉਣ ਲੱਗੇ ਕਰੇਟਾ ਗੱਡੀ ਨੂੰ, ਅਸੀਂ ਆਪ ਬਹੁਤ ਹੱਥ ਵੀ ਮਾਰੇ ਵੀ ਖੋਲ ਗੱਡੀ, ਉਹ ਗੱਡੀ ਪਹਿਲਾਂ ਉਹਨੇ ਨਾ ਮਤਲਬ ਜਾਣ ਬੁੱਝ ਕੇ ਮਤਲਬ ਐ ਨੀ ਪਤਾ ਹੁਣ ਕਿਉਂ ਰੱਬ ਜਾਣਦਾ ਹੈ, ਪਤਾ ਨੀ ਕਿਉਂ ਵਾਰਦਾਤ ਤੋਂ ਡਰਦੇ ਸੀ। ਅਸੀਂ 6 ਬੰਦਿਆਂ ਨੇ ਮਸਾਂ ਚੱਕਿਆ ਬਾਈ ਨੂੰ ਇਧਰਲੇ ਪਾਸੋਂ, ਐਂ ਗੱਡੀ ਨੂੰ ਖੋਲ ਕਹੀ ਗਏ ਵੀ ਯਾਰ ਖੋਲ, ਉਹਨੇ ਗੱਡੀ ਲੌਕ ਕਰਕੇ ਗੱਡੀ ਦੇਖੀ ਗਿਆ ਵੀ ਹਾਂ ਸਿੱਧੂ ਮੂਸੇ ਵਾਲਾ, ਧੱਕੇ ਨਾਲ ਕਰਾਈ ਹੈ, ਜਦੋਂ ਉਹਨੂੰ ਵੀ ਆਖਿਆ ਵੀ ਤੂੰ ਨਹੀਂ ਉਹ ਕਰਨਾ ਵੀ ਤੂੰ ਸਿੱਧੀ ਸਾਈਡ ਤੇ ਲੈ ਜਾ, ਆਪਣਾ ਲੈ ਜਾ ਗੱਡੀ ਤੂੰ। ਬਾਈ ਉਹ ਬੰਦਾ ਝੂਠ ਬੋਲਦਾ ਜਿਹੜਾ ਕਹਿੰਦਾ ਕਿ ਬਰਨਾਲਿਓ ਮੈਂ ਗੱਡੀ ਫੋਨ ਕਰਕੇ। ਹਾਂ ਬਾਈ, ਫੋਨ ਕਰਕੇ ਤਾਂ ਨੀ ਮੰਗਾਈ ਅਸੀਂ ਆਪ, ਬਾਲੇ ਪਤਾ ਕੀ ਕਹਿ ਰਹੇ ਨੇ ਉੱਥੇ, ਕਈ ਕਹਿ ਰਹੇ ਨੇ ਅਸੀਂ ਅਸੀਂ ਜੀ ਐਂ ਕਰਿਆ, ਅਸੀਂ ਜੀ ਚੱਕਿਆ, ਅਸੀਂ ਜੀ ਐਂ ਕਰਿਆ, ਅਸੀਂ ਜੀ ਚੱਕ ਕੇ ਫਿਰ ਪੁਲਿਸ ਵਾਲਿਆਂ ਦੀ ਗੱਡੀ 'ਚ ਪਾਇਆ, SHO ਦੇ ਨਾਲ ਪਾਇਆ। ਇੱਕ ਬੰਦਾ ਜੀ ਸਰਦਾਰ ਬੰਦਾ, ਉਹ ਵੀ ਬਹੁਤ ਕੁਛ ਕਹਿ ਰਿਹਾ ਹੈ ਨਾ ਜੀ, ਪਰ ਉਹ ਇੱਕ ਗੱਲ ਵੀ ਨਹੀਂ ਹੈਗੀ
ਇੱਥੋਂ ਤੱਕ ਕਿ ਮੈਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਵੀ ਉਹਨਾਂ ਨੇ ਛੇਤੀ ਛੇਤੀ ਟਾਕੀ ਕਿਸੇ ਨੇ ਖੋਲਣ ਦਿੱਤੀ, ਅੱਧੇ ਤਾਂ ਇਹ ਕਹਿ ਰਹੇ ਸੀ ਵੀ ਟਾਕੀ ਨਾ ਖੋਲੋ, ਹੱਥ ਨਾ ਲਾਓ, ਹੱਥ ਨਾ ਲਾਓ, ਆਹ ਗੱਲਾਂ ਵੀ ਕਹਿ ਰਹੇ ਸੀ ਅੱਧੇ ਤਾਂ। ਤੇ ਐਂ ਮੰਨ ਲਾ ਵੀ ਇੰਨੀ ਕੁ ਜ਼ਮੀਰ ਮਰੀ ਆ ਕੇ ਛੱਡ ਦੇ ਗੱਲਾਂ ਲੋਕਾਂ ਦੀ। ਵੈਸੇ ਕੁਛ ਜਮਾਰਕਿਆਂ ਦੇ ਜ਼ਰੂਰ ਲੱਗਿਆ, ਇੱਕ ਮੁੰਡਾ ਮੇਰੇ ਨਾਲ ਗਿਆ ਗਾ ਗੱਡੀ 'ਚ ਬਹਿ ਕੇ, ਜਮਾਰਕਿਆਂ ਦਾ ਮੇਰੇ ਨਾਲ ਚੜ ਕੇ ਗਿਆ ਗਾ, ਠੀਕ ਹੈ। ਪਰ ਜਿੰਨੀ ਕਹੀ ਜਾਂਦੇ ਬਈ ਅਸੀਂ ਫਲਾਣੇ ਨੂੰ ਫੋਨ ਕਰਕੇ ਸੱਦਿਆ ਗੁਰਤਾਜ ਨੂੰ, ਅਸੀਂ ਗੱਡੀ ਮੰਗਾਈ, ਅਸੀਂ ਐਂ ਕਰਿਆ, ਅਸੀਂ ਫਲਾਣ, ਕਿਸੇ ਨੇ ਕੁਛ ਨਹੀਂ ਕਰਿਆ, ਨਾ ਕਿਸੇ ਨੂੰ ਸਾਨੂੰ ਸੱਦਿਆ, ਨਾ ਅਸੀਂ ਕੋਈ ਊਂ ਗਏ ਸੀ, ਅਸੀਂ ਤਾਂ ਬਸ ਨੋਰਮਲ ਜਾ ਰਹੇ ਸੀ ਫਿਲਮ ਦੇ ਮੂਵੀ ਦੇਖਣ ਜਾ ਰਹੇ। ਜਦੋਂ ਬਾਈ ਹਸਪਤਾਲ ਪਹੁੰਚੇ ਡਾਕਟਰਾਂ ਦਾ ਕੀ ਵਤੀਰਾ ਸੀ? ਡਾਕਟਰ ਬਾਈ ਉੱਥੇ ਕੋਈ ਅੱਗੇ ਤਾਂ ਹੈ ਨਹੀਂ ਸੀ, ਇੱਕ ਮੈਡਮ ਸੀ, ਮੈਡਮ ਦਾ ਕੰਨ ਤੇ ਫੋਨ ਸੀ, ਮੈਡਮ ਦਾ ਜੋ ਕੰਨ ਤੇ ਫੋਨ ਸੀ, ਮੈਂ ਆਖੇ ਅਸੀਂ ਆਖਿਆ ਵੀ ਪੇਸ਼ੈਂਟ ਹੈ ਐਮਰਜੈਂਸੀ ਛੇਤੀ, ਉਹ ਕਹਿੰਦੇ ਪੇਸ਼ੈਂਟ ਹੈ ਇੱਥੇ ਪਾ ਦਿਓ। ਮੈਂ ਮੈਡਮ ਕੰਨ ਤੋਂ ਫੋਨ ਤਾਂ ਲਾ ਲਓ, ਮੈਂ ਤੁਸੀਂ ਗੱਲ ਤਾਂ ਸੁਣ ਲਓ, ਮੈਂ ਸਿੱਧੂ ਮੂਸੇਵਾਲਾ ਸਾਹਿਬ ਆ, ਮੈਂ ਇਹਦੇ ਫੈਰ ਵਜੇ ਬਾਈ ਦੇ, ਮੈਂ ਤੁਸੀਂ ਕੰਨ ਤੋਂ ਫੋਨ ਤਾਂ ਲਾ ਲਓ ਹੈ। ਬਾਕੀ ਬਈ ਲੋਕਾਂ ਦੀ ਐਡੀ ਕੁ ਜ਼ਮੀਰ ਮਰ ਗਈ ਬਈ, ਚੱਲ ਉਹ ਤਾਂ ਮੰਨਦੇ ਆ ਵੀ ਸਿੱਧੂ ਮੂਸੇਵਾਲਾ ਜੇ ਹਨਾ ਬਈ, ਊਂ ਐ ਮੰਨ ਲਾ ਹੈ ਤਾਂ ਕਿਸੇ ਮਾਂ ਦਾ ਪੁੱਤ ਬਈ, ਹੈ ਤਾਂ ਕਿਸੇ ਮਾਂ ਦਾ ਪੁੱਤ, ਜੇ ਕੋਈ ਹੋਰ ਹੁੰਦਾ ਫੇਰ ਵੀ ਇਹ ਹੁੰਦਾ ਨਾ ਹੈ। ਚਮਕੀਲੇ ਨੂੰ ਮੰਨਦਾ ਹੁੰਦਾ ਸੀ ਆਪਣਾ ਆਇਡਲ, ਇਹ ਬਾਅਦ ਇਹਨੂੰ ਵੀ ਬਾਈ ਨੂੰ ਮੰਨਦਾ, ਆਪਾਂ ਨੂੰ ਵਧੀਆ ਸਪੋਰਟ ਕਰਦਾ ਰਿਹਾ ਬਾਈ, ਆਪਣੇ ਗਾਣੇ ਗੁਣੇ ਵਧੀਆ ਮਤਲਬ ਪੋਸਟਰ ਸ਼ੇਅਰ ਕਰਦਾ, ਕਦੇ ਵੀਡੀਓ ਪਾਉਂਦਾ ਹਨਾ। ਤੇ ਜਦੋਂ ਆਹ ਚੀਜ਼ ਦੇਖੀ ਆਪਦੇ ਅੱਖਾਂ ਸਾਹਮਣੇ, ਲੋਕਾਂ ਦਾ ਚਲੋ ਖਬਰ ਪਹੁੰਚੀ ਆ ਸਾਡੇ ਅੱਖਾਂ ਸਾਹਮਣੇ ਬਾਈ ਪੂਰਾ ਹੋਇਆ ਗਾ, ਬਹੁਤ ਦੋ ਦਿਨ ਹੋ ਗਏ ਸੁੱਤੇ ਨੀ ਬਾਈ, ਸਾਨੂੰ ਅੱਖਾਂ ਤੋਂ ਪਤਾ ਲੱਗ ਗਿਆ ਹੂ ਜਮਾ ਰੋਟੀ ਵੀ ਇਕੱਠਿਆਂ ਨੇ ਸਾਂਝੀ ਕੀਤੀ, ਪਹਿਲਾਂ ਆਉਂਦੇ ਰਹੇ ਇਲੈਕਸ਼ਨ ਟਾਈਮ ਉਦੋਂ ਆਉਂਦੇ ਰਹੇ ਨੇ, ਤੇ ਫਾਦਰ ਸਾਹਿਬ ਨਾਲ ਵਧੀਆ ਸੀਗੇ, ਤੇ ਇੱਥੇ ਆਪਣੇ ਘਰੇ ਵੀ ਮਤਲਬ ਕਿ ਜਦੋਂ ਵੀ ਖਾਣਾ ਦਾਣਾ ਉਹਦੇ ਡੈਡੀ ਉਹਦੇ ਮੰਮਾ ਤੇ ਮਤਲਬ ਕਿ ਆਪ ਖਾਣਾ ਦਾਣਾ ਆਪਣੇ ਇੱਥੇ ਖਾਂਦੇ ਰਹੇ ਨੇ ਘਰੇ ਪਹਿਲਾਂ, ਪਰ ਉਦੋਂ ਐ ਬਈ ਐਂ ਲੱਗਦਾ ਸੀ ਯਾਰ ਵੀ ਜਿੰਨਾ ਲੱਗਦਾ ਜਦੋਂ ਕਿਸੇ ਨੇ ਰੋਟੀ ਦੀ ਸਾਂਝ ਹੋ ਜਾਵੇ, ਲੱਗਦਾ ਸਾਡਾ ਭਾਈ ਆ ਬਈ। ਬਾਕੀ ਉਹਨਾਂ ਦਾ ਬੋਲਣ ਦਾ ਤਰੀਕਾ ਜਾ ਉਹਨਾਂ ਨੇ ਉਈ ਈਜ਼ੀ ਐਂ ਲੈਣਾ ਉਹਨਾਂ ਨੇ ਵੀ ਯਾਰ ਵੀ ਮੈਂ ਐਡਾ ਕੋਈ ਸਟਾਰ ਨੀ, ਮੈਂ ਆਮ ਆ, ਉਹ ਵਰਤਦੀ ਇੰਨਾ ਬਿਹੇਵ ਇਸ ਤਰ੍ਹਾਂ ਕਰਦੇ ਸੀ ਉਹ ਹਰ ਇੱਕ ਨਾਲ। ਬਾਕੀ ਬਈ ਉੱਥੇ ਜਦੋਂ ਹੋਸਪਿਟਲ ਚ ਵੀ ਚੈਨਲ ਵਾਲੇ ਉੱਥੇ ਕਹਿਣ ਲੱਗੇ ਵੀ ਇਹ ਲਏ ਨੇ, ਇਹ ਲਿਆ ਮੁੰਡਾ, ਚੈਨਲ ਵਾਲੇ ਉੱਥੇ ਵੀ ਆਏ ਸੀਗੇ, ਪਰ ਮੈਂ ਕਿਸੇ ਸਾਹਮਣੇ ਨੀ ਹੋਇਆ। ਮਾਂ ਵੀ ਆਪਾਂ ਮਹਾ ਨਾ ਮਹਾ ਕੋਈ ਨੀ, ਆਪਾਂ ਉਹ ਕਰਦੇ, ਅੱਜ ਵੀ ਸਾਡਾ ਕੋਈ ਹੋਣੀ ਸੀ, ਚਲ ਤੁਹਾਨੂੰ ਪਤਾ ਲੱਗਿਆ ਤੁਸੀਂ ਕਿਵੇਂ ਕੰਟੈਕਟ ਕਰਿਆ ਸਾਡੇ ਨਾਲ ਆ ਗਏ, ਤੇ ਉਹ ਵੀ ਇੱਕ ਲੋਕ ਜ਼ਿਆਦਾ ਅਫਵਾਹਾਂ ਡਾਈ ਜਾਂਦੇ ਆ, ਕੋਈ ਕਹਿੰਦਾ ਸੀ ਐਂ ਕਰਿਆ ਸੀ ਐਂ ਕਰਿਆ, ਉਹ ਗੱਲ ਨੂੰ ਲੈ ਕੇ ਚੱਲ ਅਸੀਂ ਤੁਹਾਡੇ ਨਾਲ ਇਹ ਗੱਲ ਵੀ ਸਾਂਝੀ ਕਰਨ ਲੱਗ ਗਏ ਗੱਲ, ਹਨਾ ਵੀਰੇ। ਤੇ ਪਰ ਉੱਥੋਂ ਫਿਰ ਅਸੀਂ ਗੱਡੀ ਲੈ ਕੇ ਆਈ, ਸਾਡੀ ਬਲੱਡ ਦੀ ਗੱਡੀ ਲਿਬੜੀ ਆਈ ਸਾਈਡ ਤੇ, ਅਸੀਂ ਲਾ ਰੱਖੀ ਸੀ, ਫਿਰ ਉੱਥੋਂ ਅਸੀਂ ਆਈ ਉਸੇ ਗੱਡੀ ਚ ਬਹਿ ਕੇ, ਇਸੇ ਗੱਡੀ ਚ ਬਹਿ ਕੇ ਅਸੀਂ ਫਿਰ ਅਸੀਂ ਘਰ ਨੂੰ ਵਾਪਸੀ ਕਰੀ। ਵੀ ਯਾਰ ਵੀ ਉਰੇ ਬਹੁਤ ਉਹ ਕਰਨ ਲੱਗ ਰਹੇ ਨੇ ਵੀ ਆਪਾਂ ਦੇ ਹਾਲਾਤ, ਜੇ ਆਪਾਂ ਅੰਦਰੋਂ ਦੇਖੀਏ ਤੇ ਹਜੇ ਵੀ ਪਤਾ ਲੱਗਦਾ ਹੈ। ਵਿਸ਼ਾਲ ਇੱਕ ਵਾਰ ਦਿਖਾਓ, ਉਸ ਸੀਟ ਤੇ ਮੂਸੇ ਵਾਲਾ ਬੈਠੇ ਸੀਗੇ ਜਦੋਂ ਹਸਪਤਾਲ ਲੈ ਕੇ ਜਾ ਰਹੇ ਸੀ, ਲੰਮੇ ਪਏ ਬਈ, ਫਿਰ ਵੀ ਮਤਲਬ ਕਿ ਐ ਪਿਆ ਨੀ ਗਿਆ ਉਹਨਾਂ ਤੋਂ, ਹਾਈਟ ਤੁਹਾਨੂੰ ਪਤਾ ਬਹੁਤ ਜ਼ਿਆਦਾ ਸੀ, ਜਿਹੜਾ ਮੁੰਡਾ ਸੀ ਉਹ ਨਾਲ ਉਹ ਇੱਥੇ ਖੜਕੀ ਗਿਆ ਗਾ, ਕੱਲਾ ਮੂਸੇ ਵਾਲਾ ਸਾਹਿਬ ਹੀ ਗਏ ਸੀ ਇੱਥੇ, ਦੂਜਾ ਮੁੰਡਾ ਬਾਹਰ ਦੇ ਉਹ ਜਿਹੜਾ ਖੜਕੇ ਗਿਆ, ਫਿਰ ਵੀ ਖੜਕੇ ਗਿਆ। ਹਾਂ, ਨਾਲ ਇੱਕ ਮੁੰਡਾ ਜਮਾਰਕਾ ਉੱਥੇ ਬੈਠਾ ਸੀ, ਬਾਈ ਪਿਆ ਸੀ, ਜਿਹੜਾ ਮੁੰਡਾ ਦੇ ਨਾਲ ਸੀ ਕਾਲੀ ਟੀ ਸ਼ਰਟ ਵਾਲਾ, ਉਹ ਖੜਕੇ ਗਿਆ ਵਿਚਾਰਾ, ਬਾਹ ਉਹਦੀ। ਹਾਂ ਬਾਈ ਦਾ ਬਲੱਡ ਸਿੱਧੂ ਮੂਸੇਵਾਲਾ ਦਾ ਕਾਫੀ ਇੱਥੇ ਵੀ ਵਿਆ ਹੈ, ਜੇ ਥਾਰ ਗੱਡੀ ਦੇਖੀ ਉੱਥੇ ਵੀ। ਬਾਈ ਕਿੱਧਰ ਨੂੰ ਜਾ ਰਿਹਾ ਪੰਜਾਬ, ਕਿ ਐਂ ਕਦੀ ਐਂ ਹੁੰਦਾ, ਕਿਉਂਕਿ ਪਹਿਲਾਂ ਸੰਦੀਪ ਨੰਗਲ ਅੰਬੀਆ, ਹੁਣ ਇਹ ਵੀ ਬਹੁਤ ਵੱਡਾ ਨਾਮ ਪੰਜਾਬ। ਬਾਈ ਇਹ ਲੱਗ ਰਿਹਾ ਵੀ ਕੋਈ ਪੰਜਾਬ ਚ ਦਾ ਇਹ ਹਾਲਾਤ ਆ ਵੀ ਕੋਈ ਤਰੱਕੀ ਤਾਂ ਕਰੇ ਨਾ, ਜੋ ਵੀ ਮਸ਼ਹੂਰ ਹੁੰਦਾ ਉਹ ਗੋਲੀ ਖਾਂਦਾ, ਜਿੱਥੋਂ ਤੱਕ ਆਪਾਂ ਦੇਖ ਰਹੇ ਹਾਂ ਅੱਜ ਦੀ ਘੜੀ, ਜੋ ਮਸ਼ਹੂਰ ਹੁੰਦਾ ਉਹ ਤਾਂ ਗੋਲੀ ਖਾਂਦਾ ਬਾਈ। ਪੰਜਾਬ ਚ ਤਾਂ ਫਿਰ ਇਹੀ ਗੱਲ ਹੈ ਵੀ ਹਾਂ ਵੀ ਇੱਥੋਂ ਦਾ ਪੰਜਾਬ ਦਾ ਛੱਡ ਲਓ, ਵੀ ਬਾਹਰ ਨੂੰ ਚਲੇ ਜਾਓ, ਵਧੀਆ ਬੰਦਾ ਬਾਹਰ ਸਿਸਟਮ ਤਾਂ ਠੀਕ ਹੈ ਨਾ, ਕੋਈ ਐਂ ਤਾਂ ਨਹੀਂ ਹੈਗਾ ਆਹ ਕੰਮ ਤਾਂ ਨਹੀਂ। ਪਹਿਲਾਂ ਇਹ ਯੂਪੀ ਗਣੀ ਉੱਧਰ ਆਪਾਂ ਸੁਣਦੇ ਹੁੰਦੇ ਇਹ ਕੰਮ, ਯੂਪੀ ਬਿਹਾਰ ਗਣੀ ਐਂ ਚੱਲਦਾ ਰਿਹਾ, ਪੰਜਾਬ ਤਾਂ ਵਿਹਲਾ ਬਾਈ, ਵਿਹਲਾ ਹੀ ਆ, ਹੁਣ ਵੀ ਵਿਹਲਾ ਹੀ ਹੋ ਗਿਆ। ਆਹ ਹੁਣ ਕੀ ਹੋ ਗਿਆ ਬਾਈ, ਨੰਗਲ ਅੰਬੀਆਂ ਸਭ ਤੋਂ ਟੌਪ ਦਾ ਬੰਦਾ, ਉਹ ਬਾਈ ਉਹ ਮਾਰਤਾ ਦੇਖ ਫਾਇਰਿੰਗ ਨਾਲ ਸਿੱਧੀ, ਉਹਦਾ ਕੋਈ ਉਹ ਨੀ ਹਾਲ ਤੱਕ ਕੋਈ ਗੱਲ ਬਣਿਆ ਹੈ, ਕੋਈ ਮਾੜਾ ਨੀ ਕਰਿਆ, ਉਹ ਵੀ ਡਰੱਗਸ ਦੇ ਖਿਲਾਫ ਸੀਗਾ, ਉਹਨੂੰ ਉਹ ਕਰਿਆ ਬਾਈ, ਇਹ ਬੰਦਾ ਸਹੀ ਸੀਗਾ, ਠੀਕ ਹੈ, ਇਹ ਬੰਦਾ ਵੀ ਦੇਖ ਲਓ ਤੁਹਾਡੇ ਸਾਹਮਣੇ, ਇਹਦੇ ਫਾਇਰਿੰਗ ਕਰਤੀ ਧਾੜ ਧਾੜ ਬਾਈ। ਹੁਣ ਹੈਗਾ ਵੀ ਸਰਕਾਰਾਂ ਦਾ ਵੀ ਆ, ਸਾਰਾ ਕੁਛ ਦਾ ਸਿਸਟਮ ਦਾ ਵੀ ਆਪਣਾ, ਹੁਣ ਉਹ ਆਏ ਹਥਿਆਰ ਲੈ ਕੇ ਫਿਰਦੇ ਰਹੇ ਆਪਣੇ ਇੱਥੇ, ਇੱਥੇ ਫਿਰਦੇ ਰਹੇ ਨੇ। ਉਹਨਾਂ ਦੇ ਡੈਡੀ ਨੇ ਆਪ ਇੱਕ ਗੱਲ ਕਹੀ ਮੈਨੂੰ, ਤੇ ਕਹਿੰਦਾ ਬੇਟਾ, ਮੈਂ ਕਹਿੰਦਾ 3 ਦਿਨ ਹੋ ਗਏ ਆਖਿਆ ਸੀ ਵੀ 3 ਦਿਨ ਉਰੇ ਆਪਣੇ ਗੱਡੀ ਗੈਰ ਫਿਰਦੀ ਆ, ਉਰੇ ਗੈਰ ਗੱਡੀ ਆਪਣੇ ਉਰੇ ਘੁੰਮਦੀ ਹੈ। ਉਹਨਾਂ ਨੇ ਵੀ ਇਹ ਗੱਲ ਆਪ ਉਹਦੇ ਫਾਦਰ ਸਾਹਿਬ ਨੇ ਕਿਹਾ, ਮੂਸੇ ਵਾਲੇ ਦੇ ਪਿਤਾ ਜੀ ਨੇ
ਤੁਹਾਡੇ ਸਾਹਮਣੇ ਗੱਲ ਕਹੀ, ਉਹਨਾਂ ਨੂੰ ਸੀਗਾ ਕਿ ਕੋਈ ਰੇਕੀ ਕਰ ਰਿਹਾ, ਤਿੰਨ ਚਾਰ ਦਿਨ ਹੋ ਗਏ ਕਿ ਸਾਡੇ ਘਰੋਂ ਗੱਡੀ, ਹਾਂ ਇਹ ਕਹਿ ਰਿਹਾ। ਤੇ ਉਹਨਾਂ ਦੀ ਮਾਤਾ ਵੀ ਬਈ ਆਈ ਸਾਹਮਣੇ, ਕਾਹਨੂੰ ਦੇਖੇ ਜਾਂਦੇ ਬਈ ਐਂ ਕਿਸਾ ਮਾਂ ਪਿਓ, ਹਨਾ ਬੇਪ੍ਰਭਾਵ ਬਈ, ਬਸ ਬੰਦਾ ਫੱਕਰ ਸੀ ਦਿਲ ਚ, ਹੈ ਨੀ ਸੀ ਕੁਛ। ਜਦੋਂ ਬਈ ਐਮਰਜੈਂਸੀ ਚ ਬੈਠੇ ਸੀ ਨਾ, ਮਾਤਾ ਸੀ ਉਹਦੇ, ਡੈਡੀ ਸੀ, ਬਸ ਤਿੰਨ ਚਾਰ ਬੰਦੇ ਹੋਰ ਸੀ, ਇਹ ਸੀ ਬਾਈ ਮੈਂ ਵੀ ਸੀਗਾ। ਉਹਦੀ ਮਾਤਾ ਦੇ ਸ਼ਬਦ ਪਤਾ ਕੀ ਸੀ? ਕਹਿੰਦੀ ਸਾਨੂੰ ਪਤਾ ਸੀ ਪਰ ਇਹਨੂੰ ਕਹਿੰਦੇ ਹੁੰਦੇ ਕਿਸੇ ਦਾ ਪੁੱਤ ਨਾਲ ਲੈ ਕੇ ਜਾਇਆ ਕਰ। ਪਹਿਲਾਂ ਉਹਨਾਂ ਨੇ ਪੁੱਛਿਆ ਵੀ ਕੌਣ ਸੀ ਨਾਲ ਆ? ਉਹਦੇ ਡੈਡੀ ਸਾਹਿਬ ਨੇ ਦੱਸਿਆ ਵੀ ਆਹ ਨਾਲ ਸੀਗੇ। ਕਹਿੰਦੀ ਮੈਂ ਇੱਕ ਗੱਲ ਕਹਿੰਦੀ ਹੁੰਦੀ ਸੀ, ਪੁੱਤ ਵੀ ਕਿਸੇ ਦਾ ਬਗਾਨਾ ਪੁੱਤ ਨਾਲ ਨਾ ਲਿਜਾਇਆ ਕਰ, ਮੇਰੇ ਤਿੰਨ ਪੁੱਤ ਪਏ ਨੇ ਅੰਦਰ, ਜਿਹੜੇ ਕਾਰਨਰ ਤੇ ਇੰਸੀਡੈਂਟ ਹੋਇਆ ਗਾ ਉਹਨਾਂ ਦੀਆਂ ਲੇਡੀਜ਼ ਆਈਆਂ ਨੇ ਦੋ, ਉਹਨਾਂ ਨੇ ਜਿਹੜੇ ਦੋ ਮੁੰਡੇ ਸੀ ਪਹਿਲਾਂ ਬਾਹਰ ਕੱਢ ਕੇ ਉਹਦੇ ਤੇ ਪਾ ਰੱਖੇ ਸੀ ਕੱਪੜੇ, ਕੱਪੜਾ ਵਿਛਾ ਕੇ, ਉਹਨਾਂ ਨੂੰ ਪੂਰਾ ਹੌਸਲਾ ਦਿੱਤਾ ਵੀ ਪੁੱਤ ਕੁਛ ਨਹੀਂ ਹੁੰਦਾ, ਵੀ ਉਹਨਾਂ ਨੇ ਝੱਲ ਮਾਰੀ ਆ, ਪਾਣੀ ਦਿੱਤਾ ਉਹਨਾਂ ਨੂੰ। ਬਾਈ ਨੂੰ ਵੀ ਅਸੀਂ ਕਹੀ ਗਏ ਉਦੋਂ, ਬਾਈ ਨੂੰ ਉਦੋਂ ਮਤਲਬ ਅੱਖਾਂ ਮਾੜੀਆਂ ਮਾੜੀਆਂ ਖੋਲਦੇ ਸੀ ਐਂ, ਤੇ ਅਸੀਂ ਹੱਥ ਹੁੱਥ ਲਾ ਕੇ ਦੇਖਿਆ ਵੀ ਠੀਕ ਨੇ, ਹਨਾ। ਬਾਈ ਨੂੰ ਵੀ ਕਹੀ ਗਏ ਵੀ ਬਾਈ ਹੌਸਲਾ ਰੱਖ, ਵੀ ਆਪਾਂ ਬਸ ਵੱਗ ਗਏ, ਕਿਉਂਕਿ ਉੱਥੇ ਇੱਕ ਕਿਲੋਮੀਟਰ ਤੀ ਆ ਹੋਸਪਿਟਲ। ਅਸੀਂ ਪਿਛਲੀ ਸੀਟ ਤੇ ਸੀ, ਅਸੀਂ ਉਤਰ ਗਏ ਇੱਥੇ ਬਿਠਾ ਤਾ, ਬਲੱਡ ਬਲੱਡ ਹੱਥ ਸਾਡੇ ਸਾਰੇ ਲੱਥ ਪੱਥ ਹੋ ਗਏ ਸੀਗੇ। ਆ ਬਾਈ ਦੇ ਤਾਂ ਆਹੀ ਕੱਪੜੇ ਸੀਗੇ, ਮੰਨ ਲਓ ਸਾਰੇ ਖੁਦ ਨੂੰ ਵੀ ਐਂ ਮਤਲਬ ਇੱਕ ਡਰਾਵਣਾ ਹਾਦਸਾ ਦੇਖ ਕੇ, ਕਿਉਂਕਿ ਬਾਈ ਦੀ ਇੱਥੋਂ ਨਾ ਹਲਕੀ ਜਿਹੀ ਮਤਲਬ ਉਹ ਦੇਖਿਆ ਨਹੀਂ ਜਾਂਦਾ ਸੀ ਬਾਂਹ ਉਹਦੀ। ਬਾਈ ਨੇ ਜਦੋਂ ਇੱਕ ਵਾਰੀ ਐਂ ਅੱਖਾਂ ਖੋਲੀਆਂ ਨੇ, ਮਤਲਬ ਜਦੋਂ ਅਸੀਂ ਬਿਠਾ ਤਾ, ਜੋ ਅਸੀਂ ਆਖਾਂ ਬਾਈ ਠੀਕ ਹੈ ਅੱਖਾਂ ਖੋਲ ਕੇ ਰੱਖ, ਵੀ ਹੌਸਲਾ ਰੱਖ ਆਪਾਂ ਵੱਗ ਗਏ ਬਸ, ਮਿੰਟ ਦੋ ਹੀ ਲੱਗ, ਤੇ ਬਾਈ ਨੇ ਐਂ ਕਰਕੇ ਆ ਬਾਂਹ ਜੀ ਵੀ ਨਹੀਂ ਦੇਖਿਆ। ਉਦੋਂ ਬਾਅਦ ਬਾਈ ਨੇ ਥੋੜ੍ਹਾ ਜਿਹਾ ਫੀਲ ਕੀਤਾ ਵੀ ਮੇਰੇ ਨਾਲ ਕੁਛ ਮਤਲਬ ਇੱਦਾਂ ਦਾ ਜ਼ਿਆਦਾ ਹੋ ਰਿਹਾ, ਕਿਉਂਕਿ ਪਹਿਲਾਂ ਤਾਂ ਸੁਣਨੀ ਸੀ ਸਾਰੀ ਬੋਡੀ ਐਂ ਵਾ। ਉਦੋਂ ਬਾਅਦ ਮੁੜ ਕੇ ਮਤਲਬ ਸਾਨੂੰ ਇੱਦਾਂ ਲੱਗਿਆ ਵੀ ਮਤਲਬ ਸੂਏ ਤੇ ਆਲਮੋਸਟ ਸੂ, ਅਸੀਂ ਮਗਰ ਮੋਟਰਸਾਈਕਲ ਤੇ ਸੀਗੇ ਉਹ ਮੁੰਡੇ ਸਾਰੇ, ਜਦੋਂ ਜਾ ਕੇ ਅਸੀਂ ਮਤਲਬ ਇਹ ਕੀਤਾ। ਗੱਲ ਤਾਂ ਇਹ ਹੈ ਵੀ ਯਾਰ ਠੀਕ ਹੈ ਵੀ ਆਪਾਂ ਆਪਣੀ ਵੀ ਇੱਕ ਖੁਦ ਦੀ ਰਿਸਪੋਂਸੀਬਿਲਟੀ ਸੈਲਫ ਰਿਸਪੋਂਸੀਬਿਲਟੀ ਬਣਦੀ ਹੈ ਵੀ ਉਹ ਤਾਂ ਚੱਲ ਸੈਲੈਬ੍ਰਿਟੀ ਹੈ, ਕੱਲ੍ਹ ਨੂੰ ਕਿਸੇ ਮੇਰੇ ਨਾਲ ਵੀ ਹੋ ਸਕਦਾ, ਕਿਸੇ ਨਾਲ ਵੀ ਹੋ ਸਕਦਾ। ਇੱਕ ਇਨਸਾਨੀਅਤ ਦੇ ਤੌਰ 'ਤੇ ਯਾਰ ਵੀ ਆਹ ਵਿਊ ਲੈਣੇ ਜਾਂ ਇਹ ਨਿੱਕੀਆਂ ਗੱਲਾਂ ਨੇ ਵੀਰੇ ਯਾਰ, ਹੈ ਨਾ। ਕਿਸੇ ਦੀ ਜਾਨ ਬਚ ਸਕਦੀ ਸੀ ਜੇ ਸਾਡੇ ਤੋਂ ਮੂਹਰਲੀ ਗੱਡੀ ਵਾਲਾ ਹੀ ਲੈ ਜਾਂਦਾ, ਹੋ ਸਕਦਾ ਉਹ ਇੱਕ ਮਿੰਟ ਹੀ ਉਹਦੇ ਵਾਸਤੇ ਮਤਲਬ ਉਹਦੀ ਜਾਨ ਬਚਾ ਸਕਦਾ। ਜਦੋਂ ਤੁਸੀਂ ਆ ਰਹੇ ਸੀਗੇ ਸਾਹਮਣੇ ਮੂਸੇ ਵਾਲਾ ਉਹਨਾਂ ਦਾ ਕਤਲ ਹੋਇਆ ਪਿਆ ਸੀਗਾ, ਤੁਹਾਡੇ ਕੋਲੋਂ ਕਾਤਲ ਲੰਘ ਕੇ ਗਏ ਹੋਣੇ? ਬਈ ਲੰਘ ਕੇ ਕੋਲੇ ਗਏ ਹੋਣਗੇ, ਸਾਡਾ ਧਿਆਨ ਨਹੀਂ ਸੀਗਾ, ਐਂ ਕੀ ਪਤਾ ਸੀ ਬਈ ਅੱਗੇ ਕੰਮ ਹੋ ਰਿਹਾ, ਅਸੀਂ ਆਪਦੀ ਮਸਤੀ ਚ ਜਾ ਰਹੇ ਸੀਗੇ, ਸਾਨੂੰ ਕੀ ਪਤਾ ਸਾਡੇ ਹੋ ਸਕਦਾ ਸਾਡੇ ਕੋਲ ਦੀ ਲੰਘੇ ਹੁਣ ਉਹ, ਸਾਨੂੰ ਤਾਂ ਨਹੀਂ ਇਹ ਗੱਲ ਪਤਾ ਸੀ ਨਾ ਪਹਿਲਾਂ, ਸਾਨੂੰ ਤਾਂ ਉੱਥੇ ਜਾ ਕੇ ਪਤਾ ਲੱਗਿਆ ਵੀ ਆਹ ਕੰਮ ਹੋਇਆ ਪਿਆ। ਹੈਂ ਬਈ ਇੱਕ ਗੱਲ ਹੋਰ, ਉੱਥੇ ਐਂ ਮੰਨ ਲਓ ਵੀ ਲੋਕਾਂ ਨੇ ਨਾ ਪਤਾ ਕੀ ਹੈ ਜੋ ਦੇਖਿਆ, ਹਰ ਇੱਕ ਬੰਦਾ ਕੈਮਰਾ ਬਈ ਹੁਣ ਆਪਾਂ ਵੀ ਉੱਥੋਂ ਤੱਕ ਵੱਗ ਗਏ, ਹੋਸਪਿਟਲ ਦੇ ਵਿੱਚ ਤੱਕ ਰਹਿ ਗਏ, ਆਪਣੇ ਇੱਕ ਵਾਰੀ ਵੀ ਦਿਮਾਗ 'ਚ ਇਹ ਗੱਲ ਨਹੀਂ ਆਈ ਵੀ ਆਪਾਂ ਯਾਰ ਮੋਬਾਈਲ ਕੱਢ ਕੇ ਆਪਾਂ ਫੋਟੋ ਕਰ ਲਈਏ ਜਾਂ ਆਪਾਂ ਐਂ ਕਰ ਲਈਏ, ਹੈ ਨਾ। ਕਿਉਂਕਿ ਬਈ ਆਪਾਂ ਨੂੰ ਕੋਈ ਦੁੱਖ ਸੀ, ਦਰਦ ਸੀ, ਹੈਂ ਕਿਸੇ ਮਾਂ ਦਾ ਪੁੱਤ ਸੀ ਬਈ ਉਹ, ਹੈਂ ਇਹ ਦਰਦ ਸੀ ਆਪਾਂ ਨੂੰ, ਕੋਈ ਆਪਣੇ ਦਾ ਮਾਇੰਡ 'ਚ ਵੀ ਨਹੀਂ ਸੀ ਇਹ ਗੱਲ ਜਿਹੜੀ ਲੋਕ। ਬਾਈ ਗੰਤਾਜ ਅੱਜ ਮੂਸੇਵਾਲਾ ਸਾਡੇ 'ਚ ਨਹੀਂ ਰਹੇ, ਅੱਜ ਜਦੋਂ ਉਹਨਾਂ ਦੇ ਗੀਤ ਸੁਣਦੇ ਐਂ ਲੱਗਦਾ ਕਿ ਬਾਈ ਨੂੰ ਪਹਿਲਾਂ ਹੀ ਪਤਾ ਸੀ ਵੀ ਨਾ ਕੁਛ ਹੋਣਾ। ਹਾਂ ਬਈ ਉਹ ਤਾਂ ਲੱਗਦਾ, ਪਰ ਫੀਲ ਤਾਂ ਹੀ ਹੁੰਦਾ ਵੀ ਆਪਣੇ ਵਿੱਚ ਹੀ ਅਮਰਿਆਣੀ, ਹਨਾ, ਲੱਗਦਾ ਤਾਂ ਹੀ ਆ। ਪਰ ਜਦੋਂ ਆਹ ਤੁਸੀਂ ਪੁਰਾਣੀਆਂ ਵੀਡੀਓ ਵੀ ਦੇਖੀ ਆਉਣੀ ਹੈ ਨਾ, ਜਦੋਂ ਬਾਈ ਉੱਥੇ ਪਿਆ ਗਾ ਐਂ ਸਿਰ ਫੜ ਕੇ ਬੰਦੇ, ਉਹ ਮੂਸੇ ਵਾਲਾ, ਉਹ ਵੀਡੀਓ ਬਣਾ ਲਓ, ਵੀਡੀਓ ਬਣਾਓ ਮੂਸੇ ਵਾਲਾ, ਕਿਸੇ ਬੰਦੇ ਨੇ ਕਿਹਾ ਬਾਈ ਚੱਕੀਏ ਯਾਰ ਇਹਨੂੰ। ਧਮਕੀਆਂ ਡੇਲੀ ਮੰਗਵਾਉਂਦੀਆਂ ਸੀ ਬਾਈ ਡੈਵੀ ਦੰਦੀ ਵਾਲਾ ਮੇਰਾ ਭਰਾ ਗਾ, ਉਹਦੇ ਨਾਲ ਮਤਲਬ ਵੀ ਵਧੀਆ ਬਾਈ ਦਾ ਸਾਂਝ ਸੀ, ਡੇਲੀ ਮੰਗੂਈ ਮਤਲਬ ਗੱਲਬਾਤ ਹੁੰਦੀ ਸੀ, ਉਹ ਦੱਸਦਾ ਹੁੰਦਾ ਕਹਿੰਦਾ ਯਾਰ ਅੱਜ ਇਹਦੀ ਧਮਕੀ ਆ ਗਈ। ਪਰ ਹੁਣ ਬਾਈ ਇੰਨੀਆਂ ਧਮਕੀਆਂ ਗਈ ਗੱਲ ਨੂੰ ਹਟ ਗਿਆ ਸੀ ਵੀ ਲੋਕ ਤਾਂ ਉਈ ਕਰੀ ਜਾਂਦੇ ਆ। ਤੇ ਬਸ ਉਦੋਂ ਗਨਮੈਨ ਉਹਦੇ ਚ ਬੈਠਣ ਨੂੰ ਜਗ੍ਹਾ ਨਹੀਂ ਸੀ, ਐ ਕਰਕੇ ਕੱਲੇ ਆ ਗਏ। ਕੌਣਾ ਆਪਣੇ ਬਰਨਾਲੇ ਸੀ ਵੀ ਨੇੜੇ ਹੀ ਆ, ਬਾਟ ਆਪਣਾ ਏਰੀਆ ਕੋਈ ਕੀ ਕਰ ਦੂਗਾ, ਪਰ ਕੀ ਪਤਾ ਜੀ ਭੈਣ ਘਾਤ ਲਾਈ ਬੈਠੇ ਬੰਦੇ ਬਾਹਰ ਹੀ ਆਪਣੇ, ਹੈਨਾ। ਬਹੁਤ ਬਹੁਤ ਬਾਈ ਸ਼ੁਕਰੀਆ, ਤੁਸੀਂ ਸੱਚ ਸਾਹਮਣੇ ਲੈ ਕੇ ਆਏ। ਦੋਸਤ ਨੇ ਮੂਵੀ ਦੇਖਣ ਜਾ ਰਹੇ ਸੀਗੇ, ਸੱਚਾਈ ਇਹ ਹੈ ਕਿ ਮੂਸੇਵਾਲਾ ਉਹਨਾਂ ਤੇ ਜਦੋਂ ਹਮਲਾ ਹੋਇਆ ਇਸ ਗੱਡੀ ਦੇ ਵਿੱਚ ਉਹ ਉਹਨਾਂ ਨੂੰ ਹਸਪਤਾਲ ਲੈ ਕੇ ਗਏ। ਬਹੁਤ ਸਾਰੀਆਂ ਅਫਵਾਹਾਂ ਜਾਂ ਗਲਤ ਚੀਜ਼ਾਂ ਵੀ ਤੁਸੀਂ ਵੀਡੀਓ 'ਚ ਦੇਖ ਰਹੇ ਹੋ, ਜੋ ਸੱਚਾਈ ਹੈ ਬਾਈਆਂ ਨੇ ਬਿਆਨ ਕਰੀ ਹੈ। ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।